ਅਮਰੀਕਾ ਦੇ ਵਿੱਚ ਇੱਕ ਰਾਗੀ ਸਿੰਘ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਅਣਪਛਾਤਿਆਂ ਦੇ ਵੱਲੋਂ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਨੇ। ਦੱਸ ਦਈਏ ਕਿ 29 ਸਾਲ ਦਾ ਇਹ ਰਾਗੀ ਸਿੰਘ ਸੀ ਜੋ ਗੁਰੂ ਘਰ ਦੇ ਬਾਹਰ ਖੜਾ ਸੀ, ਤਾਂ ਅਣਪਛਾਤੇ ਆਏ ਜਿਨ੍ਹਾਂ ਨੇ ਰਾਜ ਸਿੰਘ ਨਾਮ ਦੇ ਇਸ ਰਾਗੀ ਸਿੰਘ 'ਤੇ ਗੋਲੀਆਂ ਮਾਰਨੀਆਂ ਸ਼ੁਰੂ ਕੀਤੀਆਂ। ਮੌਕੇ 'ਤੇ ਹੀ ਇਸ ਰਾਗੀ ਸਿੰਘ ਦੀ ਮੌਤ ਹੋ ਗਈ। ਦੱਸ ਦਈਏ ਕਿ ਅਮਰੀਕਾ ਦੇ ਅਲਬਾਮਾ ਦੇ ਵਿੱਚ ਗੁਰੂ ਘਰ ਦੇ ਬਾਹਰ ਖੜ੍ਹੇ ਰਾਜ ਸਿੰਘ ਨੂੰ ਗੋਲੀਆਂ ਮਾਰੀਆਂ ਗਈਆਂ ਨੇ, ਜਿਸ ਦੇ ਨਾਲ ਉਸਦੀ ਮੌਤ ਹੋ ਗਈ। ਦੱਸ ਦਈਏ ਕਿ ਮੂਲ ਰੂਪ ਦੇ ਵਿੱਚ ਯੂਪੀ ਦੇ ਬਿਜਨੌਰ ਦਾ ਰਹਿਣ ਵਾਲਾ ਸੀ ਰਾਜ ਸਿੰਘ। ਪਿਛਲੇ 1.5 ਸਾਲ ਤੋਂ US ਦੇ ਵਿੱਚ ਕੀਰਤਨੀ ਜਥੇ ਦੇ ਨਾਲ ਜੁੜਿਆ ਹੋਇਆ ਸੀ, ਤਾਂ ਪੀੜਤ ਪਰਿਵਾਰ ਦੇ ਵੱਲੋਂ ਹੇਟ ਕ੍ਰਾਈਮ ਤਹਿਤ ਵਾਰਦਾਤ ਦਾ ਖਦਸ਼ਾ ਜਤਾਇਆ ਗਿਆ ਹੈ। ਤਾਂ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਇੱਕ 29 ਸਾਲ ਦੇ ਰਾਗੀ ਸਿੰਘ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਜਦੋਂ ਅਲਬਾਮਾ ਦੇ ਗੁਰੂ ਘਰ ਦੇ ਬਾਹਰ ਉਹ ਖੜਾ ਸੀ, ਤਾਂ ਇਸਦੀ ਪਛਾਣ ਆ ਜਿਹੜੀ ਉਹ ਯੂਪੀ ਦੇ ਬਿਜਨੌਰ ਵਜੋਂ ਹੋਈ। ਰਾਜ ਸਿੰਘ ਇਸਦਾ ਨਾਮ ਹੈ। 1.5 ਸਾਲ ਤੋਂ US ਦੇ ਕੀਰਤਨੀ ਜਥੇ ਦੇ ਨਾਲ ਜੁੜਿਆ ਹੋਇਆ ਸੀ, ਤਾਂ ਪੀੜਤ ਪਰਿਵਾਰ ਦੇ ਵੱਲੋਂ ਹੇਟ ਕ੍ਰਾਈਮ ਤਹਿਤ ਵਾਰਦਾਤ ਦਾ ਖਦਸ਼ਾ ਜਿਹੜਾ ਜਤਾਇਆ ਗਿਆ ਹੈ। ਰਾਗੀ ਸਿੰਘ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਗੁਰੂ ਘਰ ਦੇ ਬਾਹਰ ਖੜਾ ਹੋਇਆ ਸੀ, ਅਣਪਛਾਤਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਬੜ ਤੋੜ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਗਏ। ਮੌਕੇ 'ਤੇ ਹੀ ਰਾਗੀ ਸਿੰਘ ਰਾਜ ਸਿੰਘ ਨੇ ਦਮ ਤੋੜ ਦਿੱਤਾ। ਅਮਰੀਕਾ ਦੇ ਵਿੱਚ ਇੱਕ ਰਾਗੀ ਸਿੰਘ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਅਣਪਛਾਤਿਆਂ ਦੇ ਵੱਲੋਂ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਨੇ। ਦੱਸ ਦਈਏ ਕਿ 29 ਸਾਲ ਦਾ ਇਹ ਰਾਗੀ ਸਿੰਘ ਸੀ ਜੋ ਗੁਰੂ ਘਰ ਦੇ ਬਾਹਰ ਖੜਾ ਸੀ, ਤਾਂ ਅਣਪਛਾਤੇ ਆਏ ਜਿਨ੍ਹਾਂ ਨੇ ਰਾਜ ਸਿੰਘ ਨਾਮ ਦੇ ਇਸ ਰਾਗੀ ਸਿੰਘ 'ਤੇ ਗੋਲੀਆਂ ਮਾਰਨੀਆਂ ਸ਼ੁਰੂ ਕੀਤੀਆਂ। ਮੌਕੇ 'ਤੇ ਹੀ ਇਸ ਰਾਗੀ ਸਿੰਘ ਦੀ ਮੌਤ ਹੋ ਗਈ। ਦੱਸ ਦਈਏ ਕਿ ਅਮਰੀਕਾ ਦੇ ਅਲਬਾਮਾ ਦੇ ਵਿੱਚ ਗੁਰੂ ਘਰ ਦੇ ਬਾਹਰ ਖੜ੍ਹੇ ਰਾਜ ਸਿੰਘ ਨੂੰ ਗੋਲੀਆਂ ਮਾਰੀਆਂ ਗਈਆਂ ਨੇ, ਜਿਸ ਦੇ ਨਾਲ ਉਸਦੀ ਮੌਤ ਹੋ ਗਈ। ਦੱਸ ਦਈਏ ਕਿ ਮੂਲ ਰੂਪ ਦੇ ਵਿੱਚ ਯੂਪੀ ਦੇ ਬਿਜਨੌਰ ਦਾ ਰਹਿਣ ਵਾਲਾ ਸੀ ਰਾਜ ਸਿੰਘ। ਪਿਛਲੇ 1.5 ਸਾਲ ਤੋਂ US ਦੇ ਵਿੱਚ ਕੀਰਤਨੀ ਜਥੇ ਦੇ ਨਾਲ ਜੁੜਿਆ ਹੋਇਆ ਸੀ, ਤਾਂ ਪੀੜਤ ਪਰਿਵਾਰ ਦੇ ਵੱਲੋਂ ਹੇਟ ਕ੍ਰਾਈਮ ਤਹਿਤ ਵਾਰਦਾਤ ਦਾ ਖਦਸ਼ਾ ਜਤਾਇਆ ਗਿਆ ਹੈ। ਤਾਂ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਇੱਕ 29 ਸਾਲ ਦੇ ਰਾਗੀ ਸਿੰਘ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਜਦੋਂ ਅਲਬਾਮਾ ਦੇ ਗੁਰੂ ਘਰ ਦੇ ਬਾਹਰ ਉਹ ਖੜਾ ਸੀ, ਤਾਂ ਇਸਦੀ ਪਛਾਣ ਆ ਜਿਹੜੀ ਉਹ ਯੂਪੀ ਦੇ ਬਿਜਨੌਰ ਵਜੋਂ ਹੋਈ। ਰਾਜ ਸਿੰਘ ਇਸਦਾ ਨਾਮ ਹੈ। 1.5 ਸਾਲ ਤੋਂ US ਦੇ ਕੀਰਤਨੀ ਜਥੇ ਦੇ ਨਾਲ ਜੁੜਿਆ ਹੋਇਆ ਸੀ, ਤਾਂ ਪੀੜਤ ਪਰਿਵਾਰ ਦੇ ਵੱਲੋਂ ਹੇਟ ਕ੍ਰਾਈਮ ਤਹਿਤ ਵਾਰਦਾਤ ਦਾ ਖਦਸ਼ਾ ਜਿਹੜਾ ਜਤਾਇਆ ਗਿਆ ਹੈ। ਰਾਗੀ ਸਿੰਘ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਗੁਰੂ ਘਰ ਦੇ ਬਾਹਰ ਖੜਾ ਹੋਇਆ ਸੀ, ਅਣਪਛਾਤਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਬੜ ਤੋੜ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਗਏ। ਮੌਕੇ 'ਤੇ ਹੀ ਰਾਗੀ ਸਿੰਘ ਰਾਜ ਸਿੰਘ ਨੇ ਦਮ ਤੋੜ ਦਿੱਤਾ।